ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਕਿਸਾਨ ਵੀਰੋ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਕਿ ਕਿਸਾਨ ਵੀਰਾਂ ਦਾ ਸਵਾਲ ਹੁੰਦਾ ਝੋਨੇ ਦੀ ਫਸਲ ਦੇ ਵਿੱਚ ਬੂਈ ਜਾਂ ਕੂਈ ਇਸ ਤਰ੍ਹਾਂ ਦੇ ਨਦੀਨਾਂ ਦੇ ਜਿਹੜੇ ਕਿਸਾਨ ਵੀਰ ਲੋਕਰ ਨੇਮ ਲੈਂਦੇ ਆ ਕਿ ਉਹਦਾ ਹੱਲ ਕੀ ਹੈ ਜਾਂ ਕਿਤੇ ਕਿਤੇ ਜਿਹੜਾ ਗੰਢੀ ਵਾਲਾ ਮੋਥਾ ਜਿਹੜਾ ਮੁਰਕ ਕਹਿ ਦਿੰਨੇ ਆਪਾਂ ਡੀਲਾ ਕਹਿ ਦਿੰਨੇ ਆ ਤਾਂ ਉਹਦੀ ਆਪਾਂ ਰੋਕਥਾਮ ਕਿਹੜੀ ਸਟੇਜ ਤੇ ਕਿਹੜੇ ਨਦੀਨ ਨਾਲ ਕਰ ਸਕਦੇ ਆ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਆ ਕਿ ਚੈਨਲ ਸਬਸਕ੍ਰਾਈਬ ਕਰਕੇ ਬੈੱਲ ਆਰ ਬਟਨ ਦਾ ਬਲ ਦੋ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਤੁਹਾਡੇ ਤਾਈ ਪਹੁੰਚਦੀ ਰਵੇ ਸੋ ਕਿਸਾਨ ਵੀਰੋ ਜਿਹੜੇ ਇਹ ਲੋਕਲ ਨਿਮਾ ਕੁਝ ਕਿਸਾਨ ਵੀਰਾਂ ਨੂੰ ਜਿਹੜੀ ਅ ਭੂਈ ਕਹਿੰਦੇ ਆ ਕੁਝ ਵੀਰ ਕੂਈ ਕਹਿੰਦੇ ਆ ਇਹ ਅਸਲ ਚ ਜਿਹੜੇ ਨਦੀਨ ਨੇ ਕਿਸਾਨ ਵੀਰੋ ਇਹ ਜੇ ਆਪਾਂ ਗੱਲ ਕਰੀਏ ਤਾਂ ਛਤਰੀ ਵਾਲਾ ਮੋਥਾ ਜਾਂ ਝੋਨੇ ਦੇ ਮੋਥੇ ਆਪਾਂ ਕਹਿ ਸਕਦੇ ਆ ਸੈਜਸ ਜਿਹੜੀ ਹੈਗੀ ਹੈ ਫੈਮਿਲੀ ਚ ਆਉਂਦੇ ਆ ਝੋਨੇ ਦੇ ਮੋਥੇ ਆਪਾਂ ਕਹਿ ਸਕਦੇ ਆ ਰਾਈਸ ਸੈਜਸ ਤਾਂ ਬੂਈਆਂ ਜਿਹੜੀ ਸਾਈਪਰਸ ਏਰੀਆ ਤੇ ਕੋਈ ਜਿਹਨੂੰ ਕਹਿੰਦੇ ਐ ਸਾਈਪਰਸ ਡੀਫੋਰਮਸ ਅਸਲ ਚ ਛਤਰੀ ਵਾਲੇ ਮੁੱਥੇ ਐ ਇੱਕ ਹੁੰਦਾ ਡੀਲਾ ਮੁੱਥਾ ਜਿਹੜਾ ਗੰਢੀ ਵਾਲਾ ਮੁੱਥਾ ਆਪਾਂ ਕਹਿ ਦਿੰਨੇ ਆ ਤੇ ਮੁੱਥਿਆਂ ਦੀ ਜਿਹੜੀ ਹੈਗੀ ਆ ਕਿਸਮਾ ਕੋਈ ਕਿਸਾਨ ਵੀਰ ਆ ਜਿਹੜੇ ਪਿਆਜ਼ੀ ਨੂੰ ਬੋਈ ਕਹਿੰਦੇ ਪਿਆਜ਼ੀ ਕਿਸਾਨ ਵੀਰੋ ਜਿਹੜੀ ਰਬੀ ਸੀਜ਼ਨ ਚ ਮਤਲਬ ਹਾੜੀ ਦੇ ਸੀਜ਼ਨ ਚ ਉਹਦੀ ਸਮੱਸਿਆ ਜ਼ਿਆਦਾ ਆਉਂਦੀ ਹੈ ਝੋਨੇ ਚ ਆਉਂਦੀ ਹੋਵੇ ਤਾਂ ਕਦੇ ਬਹੁਤਾ ਦੇਖਿਆ ਨਹੀਂ ਹੈ ਜਿਹੜਾ ਪਿਆਜ਼ੀ ਦੀ ਸਮੱਸਿਆ ਜੇ ਆਉਂਦੀ ਹੈ ਤਾਂ ਉਹਦੇ ਬਾਰੇ ਕਿਸਾਨ ਵੀਰ ਜ਼ਰੂਰ ਦੱਸਣ ਕਿ ਜਿਹੜੀ ਪਿਆਜ਼ੀ ਐਸਪੋਰਡ ਲਸਟੈਨੀਫੋਲੀਅਸ ਪਰ ਉਹਦਾ ਨਹੀਂ ਜ਼ਿਆਦਾ ਜਿਹੜੇ ਬੂੰਈਆਂ ਕੋਈ ਕਿਸਾਨ ਵੀਰ ਜਿਹੜੇ ਛਤਰੀ ਵਾਲੇ ਮੁੱਥੇ ਉਹਨਾਂ ਨੂੰ ਜ਼ਿਆਦਾ ਕਹਿੰਦੇ ਕੋਈ ਕਿਸਾਨ ਵੀਰ ਉਹਨੂੰ ਵੀ ਪਿਆਜ਼ੀ ਨੂੰ ਵੀ ਬੂੰਈ ਕਹਿੰਦੇ ਆ ਤਾਂ ਉਹਦੇ ਬਾਰੇ ਆਪਾਂ ਵੱਖਰੀ ਵੀਡੀਓ ਪਾ ਦੇਾਂਗੇ ਕੰਟਰੋਲ ਤਕਰੀਬਨ ਇਹਨਾਂ ਦਾ ਕੋਈ ਬਹੁਤਾ ਫਰਕ ਨਹੀਂ ਹੈਗਾ ਸੇਮ ਹੀ ਆ ਸੋ ਇਹਨਾਂ ਵਾਸਤੇ ਕਿਸਾਨ ਵੀਰੋ ਜਿਹੜੇ ਝੋਨੇ ਦੇ ਮੁੱਥੇ ਐ ਨਾਲ ਜੇ ਆਪਣੇ ਚੌੜੀ ਪੱਤੀ ਵਾਲੇ ਨਦੀਨ ਹੋਣ ਕਿਉਂਕਿ ਜਿਹੜੇ ਸ਼ੁਰੂ ਦੇ ਵਿੱਚ ਆਪਾਂ ਝੋਨਾ ਲਵਾਈ ਤੋਂ 2-3 ਦਿਨ ਦੇ ਅੰਦਰ ਅੰਦਰ ਜਿਹੜੀ ਆਪਾਂ ਨਦੀਨ ਨਾਸ਼ਕ ਪਾਉਨੇ ਆ ਤਾਂ ਉਹ तकरीबन ਸਾਰੇ ਨਦੀਨਾਂ ਤੋਂ ਕੰਟਰੋਲ ਆਪਾਂ ਨੂੰ ਦਿੰਦੇ ਆ ਪਰ ਫੇਰ ਵੀ ਜੇ ਫਸਲ ਦੇ ਵਿੱਚ ਨਦੀਨ ਰਹਿ ਜਾਂਦੇ ਆ ਤਾਂ ਖਾਸ ਤੌਰ ਤੇ ਜਿਵੇਂ ਝੋਨੇ ਦੇ ਮੁੱਥੇ ਆ ਜਾਂ ਚੌੜੀ ਪੱਤੀ ਵਾਲੇ ਨਦੀਨ ਆ ਤਾਂ ਉਹਦੇ ਵਿੱਚ ਆਪਾਂ ਜਿਹੜੇ ਨਦੀਨ ਨਾਸ਼ਕ ਵਰਤਨੇ ਆ ਉਹਨਾਂ ਦੀ ਸਹੀ ਸਮੇਂ ਤੇ ਸਹੀ ਮਾਤਰਾ ਵਰਤਣੀ ਆ ਤਾਂ 20 ਦਿਨ ਤੇ ਆਪਾਂ ਸਪਰੇਅ ਕਰਨੀ ਹੁੰਦੀ ਆ ਖਾਸ ਖਿਆਲ ਇਹ ਰੱਖਣਾ ਕਿ ਨਦੀਨ ਆ ਜਿਹੜੇ ਉਹ ਚਾਰ ਪੱਤੇ ਤੋਂ ਵੱਡੇ ਨਾ ਹੋਣ 2 ਤੋਂ 4 ਪੱਤੇ ਦੇ ਨਦੀਨ ਤੇ ਆਪਾਂ ਸਪਰੇਅ ਕਰ ਸਕਦੇ ਆ ਜਦੋਂ ਨਦੀਨ ਜਿਹੜੇ ਵੱਡੇ ਹੋ ਜਾਂਦੇ ਤਾਂ ਨਦੀਨ ਆਸ਼ਕਾਂ ਦਾ ਪੂਰਾ ਅਸਰ ਨਹੀਂ ਹੁੰਦਾ ਤੇ ਇੱਕ ਆਪਾਂ ਗਰੁੱਪ ਹਰ ਸਾਰ ਬਦਲ ਕੇ ਕਰਨਾ ਹੁੰਦਾ ਹਰ ਸੇਮ ਨਦੀਨ ਆਸ਼ਕ ਜਿਹੜਾ ਹਰ ਸਾਲ ਆਪਾਂ ਇੱਕੋ ਹੀ ਨਿਵਰਤਨਾ ਬਦਲ ਬਦਲ ਕੇ ਕਰਨਾ ਹੁੰਦਾ ਸੋ ਜਿਹੜੇ ਝੋਨੇ ਦੇ ਮੁੱਥੇ ਤੇ ਚੌੜੀ ਪੱਤੀ ਵਾਲੇ ਨਦੀਨ ਵਾਸਤੇ ਤੁਸੀਂ ਕਿਸਾਨ ਵੀਰੋ ਜਾਂ ਤਾਂ ਝੋਨੇ ਦੀ ਲਵਾਈ ਤੋਂ 20 ਦਿਨਾਂ ਤੇ ਜਾਂ ਤਾਂ 30 ਗ੍ਰਾਮ ਐਲ ਗ੍ਰਿਪ 2WJ ਜਿਹਦੇ ਵਿੱਚ ਮੈਟ ਸਲਫਰੋਂ ਟੈਕਨੀਕਲ ਹੁੰਦਾ ਜਾਂ 50 ਗ੍ਰਾਮ ਸਨਰਾਇਜ਼ 15WJ ਤੋਕਸੀ ਸਲਫਿਰੋਨ ਜਾਂ 40 ਗ੍ਰਾਮ ਲੌਂਡੈਕਸ 60 ਡੀਐਫ 60 टाकਦੀ ਹੈ ਬੈਨ ਸਲਫਿਰੋਨ ਜਾਂ ਫਿਰ 16 ਗ੍ਰਾਮ ਸੈਗਮੈਂਟ 50 ਡੀਐਫ ਜੈਮ ਸਲਫਿਰੋਨ ਇਹਨਾਂ ਦੀ ਆਪਾਂ ਵਰਤੋਂ ਕਰ ਸਕਦੇ ਆ ਇਹਦੇ ਨਾਲ ਆਪਾਂ ਨੂੰ ਝੋਨੇ ਦੇ ਮੁੱਥੇ ਚੌੜੀ ਪੱਤੀ ਵਾਲੇ ਦੀਨ ਸਾਰਿਆਂ ਤੋਂ ਜਿਹੜੀ ਹੈਗੀ ਹੈ ਕਾਬੂ ਹੋਏਗਾ ਜਿਹਨੂੰ ਆਪਾਂ ਬੂਈ ਕੋਈ ਕਹਿੰਦੇ ਆ ਤੇ ਜੇ ਨਾਲ ਗੰਢੀ ਵਾਲਾ ਮੁੱਥਾ ਵੀ ਆ ਤਾਂ ਫਿਰ ਆਪਾਂ ਜਿਹੜਾ ਹੈਗਾ 8 ਗ੍ਰਾਮ ਐਲਮੈਕਸ 20 ਡਬਲਯੂਪੀ ਜਿਹਦੇ ਵਿੱਚ ਮੈਟਸਲਫਿਰੋਨ ਤੇ ਕਲੋਰੀਮੇਰੋਨ ਹੁੰਦਾ ਮੈਟਸਲਫਿਰੋਨ ਮੈਥਾਈਲ ਤੇ ਕਲੋਰੀਮੇਰੋਨ ਇਥਾਈਲ ਇਹ ਟੈਕਨੀਕਲ ਹੁੰਦੇ ਆ ਐਲਮੈਕਸ 20 ਡਬਲਯੂਪੀ ਇਹ ਆਪਾਂ 8 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਇਹਦੀ ਸਪਰੇਅ ਕਰ ਸਕਦੇ ਆ ਲਵਾਈ ਤੋਂ 20 ਦਿਨ ਤੇ ਨਦੀਨਾਂ ਜਿਹੜੇ ਹੈਗੇ ਚਾਰ ਪੱਤੇ ਤੋਂ ਵੱਡੇ ਨਾ ਹੋਣ ਤੇ 150 ਲੀਟਰ ਪਾਣੀ ਦੇ ਨਾਲ ਸਪਰੇਅ ਕਰਨੀ ਹੈ ਜਦੋਂ ਸਪਰੇਅ ਕਰਨੀ ਖੇਤ ਦੇ ਵਿੱਚ ਪਾਣੀ ਨਾ ਖੜਾ ਹੋਵੇ ਤੇ ਆਪਾਂ ਅਗਲੇ ਦਿਨ ਜਾਂ 24 ਘੰਟਿਆਂ ਤੱਕ ਜਿਹੜੀ ਹੈਗੀ ਆ ਉਸ ਤੋਂ ਬਾਅਦ ਪਾਣੀ ਆਪਾਂ ਖੇਤ ਦੇ ਵਿੱਚ ਛੱਟ ਸਕਦੇ ਆ ਤੇ ਜਾਂ ਫਿਰ ਜਿੱਥੇ ਸਵਾੰਕ ਸਵਾੰਕੀ ਚੀਨੀ ਘਾਹ ਜਿਹੜਾ ਆਪਾਂ ਕਹ ਦਿੰਨੇ ਬਰੀਕ ਪੱਤੀ ਵਾਲਾ ਕੋੜਾ ਘਾਹ ਵੀ ਕਹ ਦਿੰਨੇ ਆ ਚੌੜੇ ਪੱਤੇ ਵਾਲੇ ਅੰਦੀਨ ਝੋਨੇ ਵਾਲੇ ਮੋਥੇ ਗੰਢੀ ਵਾਲਾ ਮੋਥਾ ਡੀਲਾ ਸਾਰਾ ਕੁਝ ਹੈਗਾ ਚਾਹੇ ਉਹ ਸਿੱਧੀ ਵੀ ਹੈ ਜਿਹੜਾ ਝੋਨਾ ਜਾਂ ਦੂਸਰਾ ਤਾਂ ਉਹਦੇ ਵਿੱਚ ਫਿਰ ਆਪਾਂ ਕਾਉਂਸਲੈਕਟਿਵ ਆ 30 ਡਬਲਯੂ ਜੀ ਟਰਾਈਫੈਮਾਉਂਟ ਪਲੱਸ ਅਥੌਕਸੀ ਸਲਫਰੋਨ ਇਹ 90 ਗ੍ਰਾਮ ਕਾਉਂਸਲੈਕਟਿਵ ਆ ਜਿਹੜੀ 30 ਡਬਲਯੂ ਜੀ 90 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਪਰ ਇਹਦੇ ਵਿੱਚ ਖਿਆਲ ਰੱਖਣਾ ਕਿ ਦੋ ਪੱਤੇ ਤੋਂ ਵੱਡਾ ਨਦੀਨਾ ਹੋਵੇ ਪਰ ਇਹ ਕੰਟਰੋਲ ਸਾਰਿਆਂ ਨੂੰ ਕਰ ਦੂਗੀ ਜਿਹਦੇ ਵਿੱਚ ਸਵਾਂਕੀ ਚੀਨੀ ਘਾਹ ਚੌੜੇ ਪੱਤੇ ਵਾਲੇ ਨਦੀਨ ਝੋਨੇ ਦੇ ਮੁੱਥੇ ਜਿਹਦੇ ਵਿੱਚ ਤੁਸੀਂ ਆਹ ਛਤਰੀ ਵਾਲੇ ਮੁੱਥੇ ਆ ਗਏ ਤੇ ਗੰਢੀ ਵਾਲਾ ਮੁੱਥਾ ਡੀਲਾ ਇਹਦੇ ਨਾਲ ਸਾਰਾ ਕੰਟਰੋਲ ਹੋ ਜਾਊਗਾ ਤੇ ਇਹ ਆਪਾਂ 90 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜੀ ਹੈਗੀ ਇਹਦੀ ਸਪਰੇਅ ਕਰ ਸਕਦੇ ਆ ਖਾਸ ਖਿਆਰ ਇਹ ਰੱਖਣਾ ਇੱਕ ਤਾਂ ਸਹੀ ਸਮੇਂ ਤੇ ਸਪਰੇਅ ਹੋਵੇ ਇੱਕ ਪਾਣੀ 150 ਲੀਟਰ ਹੀ ਲੱਗੇ ਇੱਕ ਹਰ ਹਰ ਜਗ੍ਹਾ ਤੇ ਉੱਤੇ ਪੂਰੀ ਜਗ੍ਹਾ ਕਵਰ ਹੋਣੀ ਚਾਹੀਦੀ ਕਈ ਵਾਰ ਪਾੜੇ ਰਹਿ ਜਾਂਦੇ ਤਾਂ ਫਿਰ ਨਦੀਨ ਮਰਦੇ ਨਹੀਂ ਫਿਰ ਆਪਾਂ ਨੂੰ ਹੁੰਦਾ ਕਿ ਪਤਾ ਨਹੀਂ ਨਦੀਨ ਨਾਸ਼ਕ ਨੇ ਅਸਰ ਨਹੀਂ ਕੀਤਾ ਪਰ ਉਹ ਚ ਪਾੜੇ ਰਹਿ ਜਾਂਦੇ ਆ ਖਾਸ ਤੌਰ ਤੇ ਬੈਟਰੀ ਵਾਲੇ ਪੰਪ ਪੰਜਾਥ ਵਾਲੇ ਪੰਪ ਨਾਲ ਸਪਰੇਅ ਕਰੋ ਇੰਜਨ ਵਾਲੇ ਪੰਪ ਨਾਲ ਬਹੁਤਾ ਵਧੀਆ ਰਿਜ਼ਲਟ ਨਹੀਂ ਆਪਾਂ ਨੂੰ ਮਿਲਦਾ ਤੇ ਜਦੋਂ ਸਪਰੇਅ ਕਰਨੀ ਆ ਖੇਤ ਦੇ ਵਿੱਚ ਉਸ ਸਮੇਂ ਦੇ ਉੱਤੇ ਪਾਣੀ ਨਹੀਂ ਹੋਣਾ ਚਾਹੀਦਾ ਤੇ ਪਾਣੀ ਜਿਹੜਾ ਹੈਗਾ ਆਪਾਂ ਸਪਰੇਅ ਤੋਂ ਅਗਲੇ ਦਿਨ ਲਾ ਸਕਦੇ ਆ ਤਾਂ ਇਸ ਤੋਂ ਇਲਾਵਾ ਹੋਰ ਕੋਈ ਸਵਾਲ ਹੋਵੇ ਸਜਾ ਹੋਵੇ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤੋ ਚੈਨਲ ਨਾਲ ਜੁੜੇ ਰਹਿਣ ਵਾਸਤੇ ਬਹੁਤ ਬਹੁਤ ਸ਼ੁਕਰੀਆ ਜੀ